ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਧਾਰੀਵਾਲ ਦੇ ਰਹਿਣ ਵਾਲੇ ਅਸ਼ਵਨੀ ਦਾ ਵਿਆਹ ਤਾਰਾਗੜ੍ਹ ਦੀ ਰਹਿਣ ਵਾਲੀ ਰੋਜ਼ੀ ਦੇ ਨਾਲ 7 ਸਾਲ ਪਹਿਲਾਂ ਹੋਇਆ ਸੀ। ਅਸ਼ਵਨੀ ਲੈਬ ਟੈਕਨੀਸ਼ੀਅਨ ਦਾ ਕੰਮ ਕਰਦਾ ਸੀ ਅਤੇ ਅਸ਼ਵਨੀ ਦਾ ਇੱਕ 5 ਸਾਲ ਦਾ ਲੜਕਾ ਵੀ ਸੀ। ਆਪਣੀ ਪਤਨੀ ਦੇ ਚਰਿੱਤਰ ਦੇ ਉੱਤੇ ਸ਼ੱਕ ਕਰਨ ਵਾਲੇ ਅਸ਼ਵਨੀ ਦਾ ਆਪਣੀ ਪਤਨੀ ਦੇ ਨਾਲ ਅਕਸਰ ਝਗੜਾ ਰਹਿੰਦਾ ਸੀ। ਪਤੀ ਪਤਨੀ ਦੇ ਰਿਸ਼ਤਿਆਂ ਦੇ ਵਿੱਚ ਇੰਨੀ ਕੜਵਾਹਟ ਆ ਗਈ ਕਿ ਰੋਜ਼ੀ ਆਪਣੇ ਪੇਕੇ ਆ ਗਈ। ਅਸ਼ਵਨੀ ਪਤਨੀ ਨੂੰ ਲੈਣ ਦੇ ਲਈ ਆਪਣੇ ਸਹੁਰੇ ਪਹੁੰਚਿਆ ਤਾਂ ਫੋਨ ਕਰਕੇ ਆਪਣੇ ਰਿਸ਼ਤੇਦਾਰ ਨੂੰ ਦੱਸਿਆ ਕਿ ਉਸਦੀ ਪਤਨੀ ਅਤੇ ਸਹੁਰੇ ਵਾਲਿਆਂ ਨੇ ਉਸ ਨੂੰ ਜ਼ਹਿਰ ਦੇ ਕੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਅਤੇ ਮਰਨ ਦੇ ਲਈ ਉੱਥੇ ਛੱਡ ਦਿੱਤਾ। ਜਿਸ ਤੋਂ ਬਾਅਦ ਜਦੋਂ ਤੱਕ ਅਸ਼ਵਨੀ ਦੇ ਰਿਸ਼ਤੇਦਾਰ ਉੱਥੇ ਪਹੁੰਚੇ ਤਾਂ ਅਸ਼ਵਨੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦਾ ਪਰਿਵਾਰ ਦੋਸ਼ੀਆਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਵਾਉਣ ਦੀ ਅਪੀਲ ਪੁਲਿਸ ਨੂੰ ਕਰ ਰਿਹਾ ਹੈ। ਇਹ ਜਿਹਦੀ ਡੈਥ ਹੋਈ ਆ, ਮੇਰਾ ਭਾਣਜਾ ਸੀ ਅਸ਼ਵਨੀ ਕੁਮਾਰ, ਇਹ ਆਪਣੀ ਮਿਸੀ ਲੈਣ ਗਿਆ ਸੀ ਉਹਨੂੰ। ਪਤਾ ਨਹੀਂ ਮਤਲਬ ਵੀ ਕੀ ਗੱਲ ਹੋਈ ਆ ਉੱਥੇ। ਜਿਸ ਟਾਈਮ ਇਹਨੇ ਸਾਨੂੰ ਫੋਨ ਕੀਤਾ ਵਾ, ਮੈਨੂੰ 5:17 'ਤੇ ਇਹਨੇ ਫੋਨ ਕੀਤਾ ਵਾ। ਮੈਂ ਉਸ ਵੇਲੇ ਆਪਣਾ ਬਕਸੀ ਵਾਲ ਚੌਂਕੀ ਹਾਂ ਕਿਸੇ ਦੇ ਨਾਲ ਗਿਆ ਹੋਇਆ, ਅਤੇ ਇਹਨੇ ਮੈਨੂੰ ਫੋਨ ਕੀਤਾ ਵੀ ਆਪਣਾ ਭਾਜੀ ਵੀ ਰੋਜੀ ਨੇ ਉਹਦੀ ਭਰਜਾਈ ਨੇ ਅਤੇ ਭਰਜਾਈ ਦਾ ਜਿਹੜਾ ਭਤੀਜਾ ਸੀ ਉਹਨਾਂ ਮੈਨੂੰ ਕੁਝ ਦੇ ਕੇ ਅਤੇ ਮੈਨੂੰ ਖਵਾਲਤਾ ਵਾ, ਅਤੇ ਮੈਨੂੰ ਕਮਰੇ 'ਚ ਬੰਦ ਕਰਕੇ ਅਤੇ ਆਪ ਇਹ ਚਲ ਗਈਆਂ ਨੇ ਅਤੇ ਕਮਰਾ ਨਹੀਂ ਖੋਲ੍ਹਣ ਦੇ ਨਾ ਹੀ ਮੈਨੂੰ। ਮੈਂ ਕਹਿ ਰਿਹਾ ਮੈਨੂੰ ਹੋਸਪਿਟਲ ਲੈ ਕੇ ਜਾਓ, ਕੋਈ ਨਹੀਂ ਇੱਥੇ ਇਹਨਾਂ ਨੇ ਮਦਦ ਕੀਤਾ ਅਤੇ ਮੈਂ ਇੰਨੀ ਮੇਰੇ ਨਾਲ ਉਹਨਾਂ ਗੱਲ ਮੇਰੀ 36 ਸਕਿੰਟ ਜਿਹੜੀ ਉਹ ਗੱਲ ਹੋਈ ਆ। ਆਪਣੇ ਸਹੁਰੇ ਗਿਆ ਸੀ ਜੀ, ਕੁੜੀ ਸਹਿਮਤੀ ਨਾਲ ਆਉਂਦੀ ਸੀ ਉੱਥੋਂ, ਅਤੇ ਇੱਥੇ ਆਣ ਕੇ ਮਹੀਨਾ ਦੋ ਮਹੀਨੇ ਮਤਲਬ ਉਹ ਜਾਂਦੀ ਨਹੀਂ ਸੀ, ਅਤੇ ਮੁੰਡੇ ਨੂੰ ਸ਼ੱਕ ਸੀ ਵੀ ਇਹ ਮਤਲਬ ਕਿਸੇ ਦੇ ਨਾਲ ਮਤਲਬ ਇਹਦੀ ਰਲੀ ਆ, ਅਤੇ ਉਹਦੇ ਖਰਾ ਮਤਲਬ ਬੱਚਾ ਵੀ ਆ, ਅਤੇ ਉਹ ਵੀ ਉਹ ਕਹਿੰਦਾ ਸੀ ਵੀ ਬੱਚਾ ਜਿਹੜਾ ਉਹ ਮੇਰਾ ਨਹੀਂ ਆ ਕਿਸੇ ਦਾ ਵਾ, ਜਿਸ ਕਰਕੇ ਸਾਨੂੰ ਤਾਂ ਸ਼ੱਕ ਵਾ ਇਹੋ ਹੀ ਆ ਵੀ ਉਹਨਾਂ ਨੇ ਮੈਂ ਕੁਝ ਦੇ ਕੇ ਅਤੇ ਜਿਹੜਾ ਇਹਨੂੰ ਮਾਰਿਆ ਵਾ, ਜ਼ਹਿਰ ਦੇ ਕੇ ਮਾਰਿਆ ਵਾ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਜਿਹੜਾ ਇਨਸਾਫ਼ ਹੋਇਆ, ਜਿਹੜੇ ਦੋਸ਼ੀ ਆ ਇਹਨਾਂ 'ਤੇ ਮਤਲਬ ਜਿਹੜਾ ਪਰਚਾ ਜਿਹੜਾ ਵਾ ਆਪਣਾ 302 ਦਾ, 306 ਦਾ, ਹੋਰ ਵੀ ਜ਼ਿਆਦਾ ਵਾਧਾ ਕਰਕੇ ਅਤੇ ਇਹਨਾਂ 'ਤੇ ਜਿਹੜਾ ਕਰਕੇ ਅਤੇ ਕਾਰਵਾਈ ਕੀਤੀ ਜਾਵੇ। ਛੋਟਾ ਭਰਾ ਠੀਕ ਨਹੀਂ ਸੀ, ਜ਼ਿਆਦਾ ਸੀਰੀਅਸ ਸੀ, ਅਤੇ ਭਾਬੀ ਘਰ ਨਹੀਂ ਸੀ ਹੈਗੇ। ਮੇਰੀ ਚਾਚੀ ਉਹਨਾਂ ਨੇ ਫੋਨ ਕੀਤਾ ਕਿ ਊਸ਼ਾ ਘਰ ਨਹੀਂ ਆ ਅਤੇ ਛੋਟਾ ਜ਼ਿਆਦਾ ਤੰਗ ਵਾ, ਤੈਨੂੰ ਕੁਛ ਹੋ ਗਿਆ ਅਤੇ ਫਿਰ ਤੂੰ ਗੁੱਸਾ ਕਰਨਾ ਕਿ ਦੱਸਿਆ ਨਹੀਂ ਆ, ਅਤੇ ਤੂੰ ਪਈ ਆ। ਅਤੇ ਅਗਲੇ ਦਿਨ ਫਿਰ ਮੈਂ ਸੁਬਾਹ ਆ ਗਈ ਹਾਂ, ਮੈਂ ਦੱਸ ਗਈ ਹਾਂ ਘਰ ਵਾਲੇ ਨੂੰ ਫੋਨ 'ਤੇ ਦੱਸਿਆ ਕਿ ਮੈਂ ਚੱਲੀ ਹਾਂ, ਸਹੁਰੇ ਨੂੰ ਵੀ ਦੱਸਿਆ ਕਿ ਮੈਂ ਛੋਟਾ ਤੰਗ ਵਾ ਅਤੇ ਮੈਂ ਚੱਲੀ ਹਾਂ, ਅਤੇ ਕਹਿੰਦੇ ਚੱਲ ਹੋ ਕੇ ਆ ਜਾ। ਅਤੇ ਕੁਛ ਦਿਨ ਫਿਰ ਉਹਨੂੰ ਜ਼ਿਆਦਾ ਸੀਰੀਅਸ ਸੀ ਤਾਂ ਉਹਨੂੰ ਫਿਰ ਅੰਮ੍ਰਿਤਸਰ ਹੋਸਪਿਟਲ ਲੈ ਗਏ ਅਤੇ ਥੋੜ੍ਹੇ ਦਿਨ ਲੱਗ ਗਏ। ਉਹਦੇ ਤੋਂ ਇਹਨੇ ਮਤਲਬ ਕਾਫੀ ਗਲਤ ਬੋਲਿਆ ਮੈਨੂੰ, ਤੂੰ ਚੰਗੀ ਨਹੀਂ ਆ, ਤੂੰ ਇੱਥੇ ਬੈਠੀ ਰਹਿੰਦੀ ਆ, ਤੂੰ ਗੰਦੀ ਆ ਕਰੈਕਟਰ ਦੀ, ਤੂੰ ਪੇਕੇ ਹੀ ਰਹਿੰਦੀ ਆ। ਇਹਨੇ ਕਿਤੇ ਪਿੰਡ 'ਚ ਸਾਨੂੰ ਤਾਂ ਹੁਣ ਹੀ ਪਤਾ ਲੱਗਦਾ ਕਿ ਫਿਰਦਾ ਫੁਰਦਾ ਰਿਹਾ ਵਾ, ਅਤੇ ਆਪਾਂ ਲਾਗੇ ਵਿਆਹ ਸੀ ਸਾਡੇ ਸਕਿਆਂ ਦੇ ਅਤੇ ਉੱਧਰ ਸੀ, ਅਤੇ ਬੱਚਿਆਂ ਨੇ ਸਾਨੂੰ ਗਵਾਂਢੀਆਂ ਨੇ ਦੱਸਿਆ ਕਿ ਤੁਹਾਡੇ ਭਾਜੀ ਆ ਕੇ ਡਿੱਗਿਆ। ਅਸੀਂ ਚੁੱਕ ਕੇ ਅੰਦਰ ਪਾਇਆ, ਪਾਉਂਦਿਆਂ ਹੀ ਇਹਦੇ ਰਿਸ਼ਤੇਦਾਰ ਗੱਡੀਆਂ ਲੈ ਕੇ ਆ ਗਏ, ਅਤੇ ਆਉਂਦਿਆਂ ਹੀ ਉਹਨਾਂ ਨੇ ਇੱਥੋਂ ਰਿਪੋਰਟ ਲਿਖਾ ਦਿੱਤੀ ਆ ਕਿ ਇੱਦਾਂ ਇਹਨਾਂ ਨੇ ਦੇ ਮਾਰ ਦਿੱਤਾ। ਇਹ ਸਾਨੂੰ ਪਤਾ ਨਹੀਂ ਜੇ ਕੀ ਖਾ ਕੇ ਆਇਆ ਪਿੱਛੋਂ ਕੀ ਨਹੀਂ, ਇਹ ਨਹੀਂ ਪਤਾ ਜੀ। ਸਹੁਰੇ ਆਪਣੇ ਗਿਆ ਵਾ, ਆਪਣੀ ਮਿਸਿਜ ਨੂੰ ਲੈਣ ਗਿਆ ਵਾ, ਅਤੇ ਉੱਥੇ ਜੋ ਵੀ ਘਟਨਾ ਉੱਥੇ ਵਾਪਰੀ, ਉਹਨੂੰ ਉਹਨੇ ਫੋਨ ਕੀਤਾ ਵਾ ਕਿ ਮੇਰੇ ਨਾਲ ਮੈਨੂੰ ਦੇ ਦਿੱਤਾ ਇਹਨਾਂ ਨੇ ਕੁਛ, ਠੀਕ ਹੈ ਜੀ। ਅਤੇ ਜਦੋਂ ਅਸੀਂ ਗਏ ਹਾਂ ਪੁੱਜੇ ਹਾਂ ਉੱਥੇ, ਜਾਂਦਿਆਂ ਨੂੰ ਡੈਥ ਹੋ ਗਈ। ਇਹੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇ ਜਿਨ੍ਹਾਂ ਨੇ ਇਹ ਕੰਮ ਕੀਤਾ। ਸਹੁਰੇ ਆਪਣੇ ਆਪਣੀ ਮਿਸਿਜ ਨੂੰ ਲੈਣ ਗਿਆ ਸੀ। ਇਹ ਅਸ਼ਵਨੀ ਕੁਮਾਰ ਸਨ ਆਫ ਹਰਬੰਸ ਲਾਲ, ਕੌਮ ਸਾਈ ਵਾਸੀ ਧਾਰੀਵਾਲ ਦਾ ਰਹਿਣ ਵਾਲਾ ਆ ਜੀ। ਉਹਦਾ ਸਹੁਰਾ ਪਰਿਵਾਰ ਆ ਪਿੰਡ ਤਾਰਾਗੜ੍ਹ, ਵਾਈਫ ਦਾ ਨਾਮ ਰੋਜ਼ੀ ਆ, ਅਤੇ ਇਹਨਾਂ ਦੋਵਾਂ ਦੇ ਵਿੱਚ ਆਪਸੀ
ਕਾਫੀ ਲੰਬੇ ਸਮੇਂ ਤੋਂ ਘਰੇਲੂ ਡਿਸਪਿਊਟ ਚੱਲਦਾ ਸੀ ਅਤੇ ਵਾਈਫ ਪਿਛਲੇ 15-20 ਦਿਨਾਂ ਤੋਂ ਰੋਜ਼ੀ ਇੱਥੇ ਆਪਣੇ ਪੇਕੇ ਪਿੰਡ ਤਾਰਾਗੜ੍ਹ ਵਿਖੇ ਆ ਗਈ ਸੀ ਅਤੇ ਇਹਨੂੰ ਲੈਣ ਲਈ ਸ਼ਾਮ ਕਰੀਬ 5 ਵਜੇ ਇੱਥੇ ਪਹੁੰਚਿਆ ਤਾਰਾਗੜ੍ਹ ਪਿੰਡ ਅਤੇ ਆਪਸੀ ਇਹਨਾਂ ਦੇ ਪਰਿਵਾਰਕ ਡਿਸਪਿਊਟ ਹੋਣ ਕਰਕੇ ਕੋਈ ਇਹਨੇ ਜ਼ਰੂਰੀ ਚੀਜ਼ ਖਾ ਲਈ ਸੀ ਅਤੇ ਜਿਹਦੇ ਕਰਕੇ ਇਹਦੀ ਤਾਰਾਗੜ੍ਹ ਵਿਖੇ ਆਪਣੇ ਸਹੁਰੇ ਪਰਿਵਾਰ ਦੇ ਘਰ ਹੀ ਇਹਦੀ ਮੌਤ ਹੋ ਗਈ। ਮ੍ਰਿਤਕ ਅਸ਼ਵਨੀ ਕੁਮਾਰ ਦੇ ਬ੍ਰਦਰ ਰਤਨ ਲਾਲ ਉਹਦੇ ਬਿਆਨਾਂ ਦੇ ਅਸੀਂ FIR ਰਜਿਸਟਰ ਕੀਤੀ ਹੈ ਜਿਹਦੇ ਵਿੱਚ ਮ੍ਰਿਤਕ ਦੀ ਵਾਈਫ ਰੋਜ਼ੀ, ਉਹਦੀ ਸਾਲੇਹਾਰ ਊਸ਼ਾ ਰਾਣੀ ਅਤੇ ਊਸ਼ਾ ਰਾਣੀ ਦਾ ਭਤੀਜਾ ਅਜੇ ਅਤੇ ਉਹਦਾ ਭਣੇਵਾਂ ਸਾਜਨ, ਇਹਨਾਂ ਚਾਰਾਂ ਦੇ ਖਿਲਾਫ਼ FIR ਰਜਿਸਟਰ ਹੋਈ ਹੈ। ਗ੍ਰਿਫਤਾਰ ਰੋਜ਼ੀ ਅਤੇ ਊਸ਼ਾ ਰਾਣੀ ਦੋਵਾਂ ਨੂੰ ਗ੍ਰਿਫਤਾਰ ਕੀਤਾ ਹੈ। FIR ਰਜਿਸਟਰ ਹੋਈ ਹੈ ਜੀ ਅੰਡਰ ਸੈਕਸ਼ਨ 306(34) IPC। ਉਹਦੇ ਵਾਸਤੇ ਅਸੀਂ ਰੇਡਸ ਕਰ ਰਹੇ ਹਾਂ ਅਤੇ ਹੋਪਫੁਲੀ ਦੋਸ਼ੀ ਜਲਦੀ ਸਾਡੀ ਗ੍ਰਿਫਤ 'ਚ ਹੋਣਗੇ। ਗੁਰਦਾਸਪੁਰ ਤੋਂ ਰਛਪਾਲ ਸਿੰਘ ਦੀ ਰਿਪੋਰਟ।